ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ, ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ 12 ਅਪ੍ਰੈਲ 2023 ਤੇ ਆਪਾਂ ਬੈਠੇ ਹਾਂ ਜੀ ਬਠਿੰਡਾ ਦੀ ਮਾਰਕੀਟ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ, ਤੇ ਮੇਰੇ ਨਾਲ ਨੇ ਇੱਥੋਂ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਜੀ। ਇਹਨਾਂ ਕੋਲ ਮੈਂ ਜਾਣਕਾਰੀ ਇਹ ਲੈਣਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਬਠਿੰਡੇ ਦੇ ਵਿੱਚ ਪਾਰਕਿੰਗ ਦਾ ਮਸਲਾ ਬਹੁਤ ਜ਼ਿਆਦਾ, ਇੰਨਾ ਜ਼ਿਆਦਾ ਬੁਰਾ ਹਾਲ ਹੈ ਵੀ ਪਾਰਕਿੰਗ ਆਪਾਂ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ, ਜਿਹਦਾ ਜੀ ਜਿੱਥੇ ਚਾਹੁੰਦਾ ਉਹ ਕਾਰਾਂ ਲਗਾ ਜਾਂਦਾ, ਜਿਹਦਾ ਜੀ ਚਾਹੁੰਦਾ ਉੱਥੇ ਉਹ ਸਕੂਟਰ ਲਗਾ ਜਾਂਦਾ। ਫਿਰ ਲੋਕ ਉਡੀਕਦੇ ਰਹਿੰਦੇ ਆ ਵੀ ਯਾਰ ਇਹ ਆਊਗਾ ਤਾਂ ਮੈਂ ਆਪਣੀ ਗੱਡੀ ਕੱਢੂੰਗਾ। ਤੁਸੀਂ ਦੇਖਿਆ ਬਹੁਤ ਖਬਰਾਂ ਕੀਤੀਆਂ, ਖਾਸ ਕਰ ਧੋਬੀ ਬਾਜ਼ਾਰ ਦੇ ਵਿੱਚ ਬੜਾ ਹੁੰਦਾ, ਲਾਈਨਾਂ ਜਿਹੜੀਆਂ ਲੱਗੀਆਂ ਕਾਰਾਂ ਦੀਆਂ, ਹੈ ਨਾ, ਉਹ ਫਿਰ ਲੋਕ ਉਡੀਕਦੇ ਰਹਿੰਦੇ ਕੀ ਕਰੀਏ ਯਾਰ, ਦੁਕਾਨਾਂ ਦੇ ਅੱਗੇ ਕਾਰਾਂ ਲੱਗੀਆਂ, ਨਾ ਕੋਈ ਉੱਥੇ ਸਕੂਟਰ ਲਗਾਉਣ ਵਾਲਾ ਮਿਲਦਾ ਹੈ ਵੀ ਜਗ੍ਹਾ ਮਿਲ ਜਾਏ ਕਿਤੇ, ਹੈ ਨਾ, ਇਸ ਤਰੀਕੇ ਦਾ। ਪਰ ਚੰਗੀ ਗੱਲ ਇਹ ਹੋ ਰਹੀ ਹੈ ਵੀ ਜਿਹੜੀ ਮਾਲ ਰੋਡ ਦੇ ਉੱਤੇ ਇੱਕ ਬਹੁਤ ਵੱਡੀ ਬਹੁ ਮੰਜ਼ਿਲਾ ਜਿਹੜੀ ਇੱਕ ਪਾਰਕਿੰਗ, ਬਸ ਥੋੜ੍ਹੇ ਦਿਨਾਂ 'ਚ ਐਂ ਕਹਿ ਲਓ ਬਠਿੰਡੇ ਦੇ ਲੋਕਾਂ ਦੇ ਸਪੁਰਦ ਹੋ ਜਾਣੀ ਹੈ। ਅਤੇ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਹੁਣ ਹੋਰ ਵੀ ਪਾਰਕਿੰਗ ਨੂੰ ਬੜੇ ਵਧੀਆ ਢੰਗ ਨਾਲ ਚਲਾਉਣ ਦੇ ਲਈ ਇਹ ਇੱਕ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਵੀ ਪਾਰਕਿੰਗ ਲੱਗਿਆ ਕਰੇਗੀ। ਉਸ ਪਾਰਕਿੰਗ ਬਾਰੇ ਵੀ ਕਿੱਥੇ ਕਿੱਥੇ ਕੀ ਕੀ ਪਾਰਕਿੰਗ ਹੈ, ਕੀ ਚਾਰਜਿਸ ਹੈ, ਉਹ ਆਪਾਂ ਸੰਦੀਪ ਗੁਪਤਾ ਜੀ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਇਹ ਹੁਣ ਬੜਾ ਵਧੀਆ ਗੱਲ ਹੈ ਵੀ ਆਪਾਂ ਹੁਣ ਪਾਰਕਿੰਗ ਦੀ ਜਿਹੜੀ ਲੋਕਾਂ ਨੂੰ ਬੜੀ ਪ੍ਰੋਬਲਮਸ ਆ ਰਹੀ ਸੀਗੀ, ਹੈ ਨਾ, ਤਾਂ ਉਹਦਾ ਐਂ ਕਹਿ ਲਓ ਵੀ ਹੱਲ ਕੱਢ ਰਹੇ ਹਾਂ ਆਪਾਂ, ਕਾਇੰਡਲੀ ਥੋੜ੍ਹਾ ਜਿਹਾ ਦੱਸੋਗੇ ਵੀ ਕੀ ਕਰ ਰਹੇ ਆਪਾਂ? ਪਾਰਕਿੰਗ ਜਿਹੜੀ ਪਹਿਲਾਂ ਹੋ ਰਹੀ ਹੈ ਰੋਡ ਸਾਈਡ 'ਤੇ, ਬੜੀ ਬੇਤਰਤੀਬ ਹੋ ਰਹੀ ਹੈ, ਜਿੱਥੇ 4 ਵਹੀਕਲ ਖੜ੍ਹੇ ਹੋ ਸਕਦੇ ਆ ਉਸ ਥਾਂ 'ਤੇ 2 ਹੀ ਹੁੰਦੇ ਆ, 50% ਸਪੇਸ ਹੈ ਵੇਸਟ ਹੋ ਰਹੀ ਹੈ। ਨਤੀਜਾ ਕੀ ਹੁੰਦਾ, ਉਸ 'ਤੇ ਅੱਗੇ ਫਿਰ ਲਾਈਨ ਲੱਗ ਜਾਂਦੀ ਹੈ ਵਹੀਕਲਸ ਦੀ ਪਾਰਕਿੰਗ ਦੀ, ਐਂਡ ਜਿਹੜਾ ਮੂਵਮੈਂਟ ਵਾਸਤੇ ਰਸਤਾ ਬਚਦਾ ਹੈ ਉਹ ਐਗਜ਼ਿਸਟਿੰਗ ਰੋਡ ਵਿਡਥ ਦਾ 25% 20% ਏਰੀਆ ਹੀ ਬਚ ਪਾਉਂਦਾ, ਜਿਸ ਕਰਕੇ ਟਾਈਮ ਲੋਕਾਂ ਦਾ ਜ਼ਿਆਦਾ ਵੇਸਟ ਹੁੰਦਾ, ਟਰੈਵਲ ਟਾਈਮ ਜਿਹੜਾ ਉਹ ਕਾਫੀ ਵੱਧ ਗਿਆ। ਜੇ ਇਹੀ ਪਾਰਕਿੰਗ ਔਰਗੇਨਾਈਜ਼ ਤਰੀਕੇ ਨਾਲ ਹੋਵੇ ਤਾਂ ਇੱਕ ਤਾਂ ਪਾਰਕਿੰਗ ਕਪੈਸਿਟੀ ਵੱਧ ਜਾਏਗੀ, ਇੱਕ ਟ੍ਰੈਫਿਕ ਦੀ ਵਹੀਕੂਲਰ ਦੀ ਵਹੀਕਲਸ ਦੀ ਮੂਵਮੈਂਟ ਵਾਸਤੇ ਜਿਹੜੀ ਸਪੇਸ ਵੱਧ ਜਾਏਗੀ, ਉਹਦੇ ਵਿੱਚ ਲੋਕਾਂ ਦਾ ਟਾਈਮ ਘੱਟ ਲੱਗੇਗਾ। ਜੇ ਇਨ ਟਰਮਸ ਆਫ ਪੈਸੇ ਮੋਨੀਟਰੀ ਪੈਸੇ ਦੀ ਵੀ ਆਪਾਂ ਗੱਲ ਕਰੀਏ ਤਾਂ ਜਿਹੜਾ ਰੁਕਣ ਵਾਲਾ ਟਾਈਮ ਹੈ ਉਹਦੇ 'ਚ ਵੀ ਫਿਊਲ ਬੰਦੇ ਦਾ ਬਲ ਰਿਹਾ ਲਗਾਤਾਰ, ਜਦੋਂ ਟਰੈਵਲ ਟਾਈਮ ਘੱਟਦਾ ਅਤੇ ਉਹਦੀ ਬੰਦੇ ਦੀ ਪ੍ਰੋਡਕਟੀਵਿਟੀ ਵੱਧਦੀ ਹੈ ਅਤੇ ਨਾਲ ਨਾਲ ਫਿਊਲ 'ਤੇ ਹੋਣ ਵਾਲਾ ਖਰਚਾ ਵੀ ਘੱਟ ਜਾਂਦਾ ਅਤੇ ਇਹ ਲਾਈਫ ਈਜ਼ੀ ਹੋ ਜਾਂਦੀ ਹੈ। ਬਿਲਕੁਲ ਜੀ ਸਰ, ਇਹ ਹੁਣ ਤੁਸੀਂ ਟੈਂਡਰਸ ਦੀ ਜਿਹੜੀ ਗੱਲ ਕੀਤੀ ਹੈ ਵੀ ਆਪਾਂ ਟੈਂਡਰਸ ਮੰਗੇ ਨੇ, ਆਈ ਥਿੰਕ 3 ਤਰੀਕ ਨੂੰ ਜਾਂ 24 ਨੂੰ ਕਦੋਂ ਖੁੱਲ੍ਹਣੇ ਨੇ, ਮੈਨੂੰ ਥੋੜ੍ਹੇ ਕਾਇੰਡਲੀ ਪਤਾ ਲੱਗਿਆ ਨਾ, ਬਿਕੋਜ਼ ਇਹ ਪਾਰਕਿੰਗ ਜਿਹੜੀ ਹੋ ਰਹੀ ਹੈ, ਇੱਕ ਤਾਂ ਜਿਹੜੀ ਬਹੁ ਮੰਜ਼ਿਲਾ ਇਮਾਰਤ ਹੈ ਨਾ, ਉਹਦੇ ਵਿੱਚ ਕਿੰਨੀਆਂ ਗੱਡੀਆਂ ਖੜੀਆਂ ਹੋ ਸਕਣਗੀਆਂ ਅਤੇ ਕੀ ਰੇਟ ਕੀ ਹੋਏਗਾ, ਪਰ ਆਰ ਹੋਏਗਾ, ਪਰ ਡੇ ਹੋਏਗਾ, ਪਰ ਵੀਕ ਹੋਏਗਾ, ਇਸ ਤਰ੍ਹਾਂ ਕੁਛ ਵੀ ਹੈ ਨਾ ਇਹ ਪਲੀਜ਼? ਟੈਂਡਰ ਸਰ ਦੋ ਹਿੱਸਿਆਂ 'ਚ, ਦੋ ਟੈਂਡਰ ਨੇ ਇਹਦੇ। ਇੱਕ ਟੈਂਡਰ ਹੈ ਜਿਹੜਾ ਹਨੂੰਮਾਨ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਮਾਲ ਰੋਡ ਦਾ, ਉਹਦੇ ਵਿੱਚ ਮਾਲ ਰੋਡ ਦੀ ਸਾਈਡ ਵਾਲੀ ਸਾਰੀ ਪਾਰਕਿੰਗ ਆ, ਪਲੱਸ ਰੋਡ ਸਾਈਡ ਪਾਰਕਿੰਗ ਜਿਹੜੀ ਹੈਗੀ ਆ, ਅਤੇ ਮਲਟੀ ਲੈਵਲ ਕਾਰ ਪਾਰਕਿੰਗ ਜਿਹੜੀ ਅਸੀਂ ਨਵੀਂ ਬਣਾ ਰਹੇ ਹਾਂ, ਉਹ ਸਪੇਸ ਅਵੇਲੇਬਲ ਹੋਏਗੀ ਪਾਰਕਿੰਗ ਵਾਸਤੇ। ਇਹਦੇ ਵਿੱਚ ਜਿਹੜੀਆਂ ਕੁੱਲ ਗੱਡੀਆਂ ਖੜ੍ਹੀਆਂ ਹੋ ਸਕਣਗੀਆਂ ਉਹ ਨੇ ਜੀ 10 ਰੁਪਏ ਲੱਗਣੇ ਜੀ, ਉਹ 2 ਘੰਟੇ ਤੁਹਾਨੂੰ ਪਰਮਿਟ ਮਿਲ ਜਾਏਗਾ, 2 ਘੰਟੇ ਵਾਸਤੇ ਅਲਾਊਡ ਹੋਏਗੀ। ਉਸ ਤੋਂ ਬਾਅਦ ਸਬਸੀਕੁਐਂਟ ਜੇ 3 ਘੰਟਾ ਵੀ ਲੱਗਦਾ ਤਾਂ 5 ਰੁਪਏ ਘੰਟਾ ਲੱਗੇਗਾ। ਇਹ ਹਨੂੰਮਾਨ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਇਹ ਉਹਦੀ ਗੱਲ ਕਰੇ ਨਾ ਆਪਾਂ? ਹਾਂਜੀ ਹਾਂਜੀ ਓਕੇ। ਅਤੇ ਜਿਹੜੀ ਕਾਰਾਂ ਹੈਗੀਆਂ ਨੇ ਜੀ ਉਹ ਜਿਹੜੀ MLCP ਜਿਹੜੀ ਕਾਰ ਪਾਰਕਿੰਗ ਨਵੀਂ ਬਣੀ ਹੈ ਉਹਦੇ ਵਿੱਚ ਪਹਿਲੇ ਘੰਟੇ ਦੇ 15 ਰੁਪਏ ਹੈ, ਸਬਸੀਕੁਐਂਟ ਘੰਟੇ ਦੇ 10 ਰੁਪਏ ਹੈ। ਜਿਹੜੀ ਸੜਕ 'ਤੇ ਖੜ੍ਹੀ ਹੋਏਗੀ ਪਹਿਲੇ ਘੰਟੇ ਦੇ 15 ਰੁਪਏ ਹੈ, ਅਗਲੇ ਘੰਟੇ ਦੇ ਵੀ 15 ਰੁਪਏ ਹੈ। ਜਿਹੜੀ ਅੰਦਰ ਖੜ੍ਹੀ ਕਰਨੀ ਜਿਹੜੀ ਹੈ ਉਹ ਸਸਤੀ ਰੱਖੀ ਹੈ ਤਾਂ ਕਿ ਜਿਹੜੀ ਹੈ ਲੋਕ ਕਾਰਾਂ ਸੇਫ ਜ਼ਿਆਦਾ ਹੋਏਗੀ ਅੰਦਰ ਅਤੇ ਪੈਸਾ ਵੀ ਘੱਟ ਲੱਗੇਗਾ ਅੰਦਰ। ਮਤਲਬ
ਜਿਹੜੀ ਤਾਂ ਰੋਡ ਤੇ ਖੜੀਆਂ ਹੋਣਗੀਆਂ ਬੋਥ ਸਾਈਡ ਯੈਲੋ ਲਾਈਨ ਦੇ ਅੰਦਰ, ਉਹਦੇ ਤੋਂ ਆਪਾਂ 15 ਰੁਪਏ ਪਰ ਆਰ, ਤੇ ਸਪੋਜ਼ 1 ਘੰਟੇ ਤੋਂ ਬਾਅਦ ਜੇ ਹੋ ਜਾਂਦਾ ਤਾਂ ਉਹ ਫਿਰ 15 ਰੁਪਏ ਹੀ ਲਵਾਂਗੇ। ਬਟ ਜਿਹੜੀ ਉਹ ਪਾਰਕਿੰਗ ਹੈ ਉਹਦੇ ਵਿੱਚ 15 ਰੁਪਏ ਪਰ ਆਰ, 1 ਘੰਟੇ ਦੇ 15 ਰੁਪਏ, ਔਰ ਉਸ ਤੋਂ ਬਾਅਦ ਜੇ ਕੋਈ 1 ਘੰਟੇ ਤੋਂ ਵੱਧ ਹੁੰਦਾ ਤਾਂ ਉਹਦੇ 10 ਰੁਪਏ। ਇਹ ਕਲੀਅਰ ਹੋ ਗਿਆ? ਬਿਲਕੁਲ ਠੀਕ ਹੈ ਜੀ। ਤੇ ਸਕੂਟਰ ਮੋਟਰਸਾਈਕਲ, ਈਵਨ ਸਾਈਕਲ ਦੇ ਕੀ ਲਾਉਂ? ਸਾਈਕਲ ਫ੍ਰੀ ਹੈ ਜੀ, ਸਾਈਕਲ ਫ੍ਰੀ ਹੈ, ਪੂਰੇ ਬਾਜ਼ਾਰਾਂ ਦੀ ਵੀ ਫ੍ਰੀ ਹੈ, ਮਾਲ ਰੋਡ 'ਤੇ ਵੀ ਫ੍ਰੀ ਹੈ। ਅਤੇ ਇਸ ਤੋਂ ਇਲਾਵਾ ਅਸੀਂ ਪਾਸ ਬਣਾਏ ਨੇ ਜੀ, ਕਿਉਂਕਿ ਜਿਹੜੇ ਉੱਥੋਂ ਦੇ ਦੁਕਾਨਦਾਰ ਨੇ ਜਾਂ ਉਹਨਾਂ ਦੇ ਮੁਲਾਜ਼ਮ ਨੇ ਜਿਹੜੇ ਦੁਕਾਨਾਂ 'ਤੇ ਕੰਮ ਕਰਦੇ ਨੇ, ਉਹਨਾਂ ਨੂੰ ਤਾਂ ਕਿ ਘੰਟਿਆਂ ਦਾ ਹਿਸਾਬ ਨਾਲ ਪੇਮੈਂਟ ਨਾ ਕਰਨੀ ਪਏ, ਉਹ ਫੋਰ ਵੀਲਰ ਦੀ ਜਿਹੜੀ ਪਾਰਕਿੰਗ ਹੈ MLCP ਦੇ ਵਿੱਚ ਹੀ ਅਲਾਊਡ ਹੋਏਗੀ, ਸੜਕ 'ਤੇ ਨਹੀਂ ਹੋਏਗੀ ਪਾਸ ਦੀ। ਉਹ 1200 ਰੁਪਏ ਪ੍ਰਤੀ ਮਹੀਨੇ ਦੀ ਹੈਗੀ ਹੈ, ਅਤੇ ਬਾਈਕ ਦੀ ਜਿਹੜੀ ਹੈ 250 ਰੁਪਏ ਪ੍ਰਤੀ ਮੰਥ ਹੈਗੀ ਹੈ। ਅਤੇ ਕੋਈ ਵੀ ਬਣਵਾ ਸਕਦਾ? ਨਹੀਂ, ਉਹ ਜਾਂ ਤਾਂ ਉਹ ਬੰਦਾ ਉੱਥੋਂ ਦਾ ਮਾਲਕ ਹੋਵੇ, ਉਸੇ ਉੱਥੇ ਸੜਕ 'ਤੇ ਬਟਕਰ ਦੀ ਪ੍ਰੋਪਰਟੀ ਦਾ, ਜਾਂ ਉੱਥੋਂ ਦਾ ਮੁਲਾਜ਼ਮ ਹੋਵੇ, ਜਾਂ ਉੱਥੋਂ ਦੀ ਜਿਹੜੀ ਮਾਰਕੀਟ ਦੀ ਐਸੋਸੀਏਸ਼ਨ ਹੈ ਸਰਟੀਫਾਈ ਕਰੇ ਬੰਦਾ, ਜੇ ਦੋਨੇ ਪਰੂਫ ਨਹੀਂ ਹੈਗੇ ਉਹਨਾਂ ਉਹਦੇ ਕੋਲ, ਅਤੇ ਉਹ ਜਿਹੜਾ ਮਾਰਕੀਟ ਦਾ ਜਿਹੜੇ ਪ੍ਰੈਜ਼ੀਡੈਂਟ ਵਗੈਰਾ ਕੁਛ ਵਗੈਰਾ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਬਣੀ ਹੈ, ਉਹ ਸਰਟੀਫਾਈ ਕਰਦੇ ਕਿ ਇਹ ਬੰਦਾ ਇੱਥੇ ਕੰਮ ਕਰਦਾ, ਤਾਂ ਪਾਸ ਬਣਾਇਆ ਜਾਵੇ, ਅਸੀਂ ਬਣਾ ਦਿਆਂਗੇ। ਮਤਲਬ ਇਹ ਪਾਸ ਜਿਹੜੇ ਹੈ ਹੁਣ ਇੰਪਲੋਈ ਜਿਹੜੇ ਨੇ ਉਹਨਾਂ ਦੇ ਪਾਸ ਵੀ ਬਣਨਗੇ, ਮੀਨਸ ਇਹ ਹੈ ਉਹਨਾਂ ਦੇ ਵਹੀਕਲ ਜਿਹੜੀਆਂ ਉਹਨਾਂ ਨੇ ਖੜਾ, ਉਹ ਕਿੰਨੇ ਪੈਸੇ ਨੇ? 250 ਰੁਪਏ ਪ੍ਰਤੀ ਬਾਈਕ, 1200 ਰੁਪਏ ਕਾਰ। ਕਾਰ ਦਾ ਜੇ ਪਾਸ ਬਣੇਗਾ ਉਹ ਖਾਲੀ ਜਿਹੜੀ ਮਲਟੀ ਲੈਵਲ ਕਾਰ ਪਾਰਕਿੰਗ ਦੇ ਅੰਦਰ ਹੀ ਪਾਰਕ ਕਰ ਸਕੇਗਾ, ਸੜਕ 'ਤੇ ਨਹੀਂ ਖੜੀ ਕਰ ਸਕੇਗਾ। ਅੱਛਾ, ਇੱਕ ਹੁਣ ਜਿਵੇਂ ਇਹ ਤਾਂ ਹੋ ਗਿਆ ਜੀ ਹਨੂੰਮਾਨ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ, ਉਸ ਤੋਂ ਬਾਅਦ ਕੁਛ ਬਾਜ਼ਾਰ ਨੇ ਲਾਈਕ ਜਿਵੇਂ ਧੋਬੀ ਬਾਜ਼ਾਰ, ਸਿਰਕੇ ਬਾਜ਼ਾਰ, ਕਿੱਕਰ ਬਾਜ਼ਾਰ, ਤੁਹਾਡਾ ਸਦਭਾਵਨਾ ਚੌਂਕ ਹੈ ਨਾ, ਜਾਂ ਇੱਧਰ ਸਦਭਾਵਨਾ ਚੌਂਕ ਟੂਵਰਡਸ ਸਬਜ਼ੀ ਮੰਡੀ ਉੱਧਰ, ਉਹਦੇ ਵਿੱਚ ਵੀ ਪਾਰਕਿੰਗ ਰੇਟ ਜੀ ਬਾਈਕ ਦੇ ਸੇਮ ਹੀ ਨੇ। ਪਹਿਲੀ ਐਂਟਰੀ 10 ਰੁਪਏ ਹੈ, ਉਹਦੇ 2 ਘੰਟੇ, ਫਿਰ ਸਬਸੀਕੁਐਂਟ 5 ਰੁਪਏ ਹੈ। ਜਿਹੜੇ ਫੋਰ ਵੀਲਰਸ ਨੇ ਉਹ 15 ਰੁਪਏ ਪਹਿਲਾਂ ਘੰਟਾ, ਅਗਲੇ ਘੰਟੇ ਦੇ ਵੀ 15 ਰੁਪਏ ਹੈਗੇ ਆ। ਪਾਸਾਂ ਦਾ ਰੇਟ ਉਹੀ ਹੈ ਜਿਹੜੇ ਹੈਗੇ ਆ, 250 ਰੁਪਏਜ਼ ਅ ਮੰਥ। ਅਤੇ ਜਿਹੜੀ ਕਾਰਾਂ ਦੀ ਪਾਰਕਿੰਗ ਦਾ ਪਾਸ ਨਹੀਂ ਬਣੇਗਾ ਇੱਥੇ ਜੀ, ਉਹ ਫਿਰ ਕੋਈ ਵੀ ਲਗਾਵੇ, ਕੋਈ ਵੀ ਲਗਾਵੇ ਘੰਟਿਆਂ ਦੇ ਹਿਸਾਬ ਨਾਲ ਲੱਗੇਗੀ। ਉਹ ਇਸੇ ਕਰਕੇ ਕੀਤਾ ਤਾਂ ਕਿ ਲੋਕ ਨਾ ਮਲਟੀ ਲੈਵਲ ਕਾਰ ਪਾਰਕਿੰਗ ਜ਼ਿਆਦਾ ਯੂਜ਼ ਕਰਨ, ਸੜਕ 'ਤੇ ਸਪੇਸ ਜ਼ਿਆਦਾ ਉਪਲਬਧ ਹੋਵੇ ਲੋਕਾਂ ਨੂੰ ਚੱਲਣ ਵਾਸਤੇ। ਸਪੋਜ਼ ਕਰਦੇ ਹਾਂ ਕੋਈ, ਅਮੂਮਨ ਹੁਣ ਸਾਨੂੰ ਲੋਕਾਂ ਨੂੰ ਕੀ ਆਦਤ ਹੈ, ਅਸੀਂ ਗੱਡੀ ਖੜੀ ਕਰ ਗਏ, ਕੋਈ ਪਤਾ ਨਹੀਂ ਕਿਸੇ ਨੂੰ ਇਹਦਾ ਮਾਲਕ ਕਿੱਥੇ ਹੈ, ਈਵਨ ਕਿ ਸਾਹਮਣੇ ਵੀ ਸ਼ੋਪਿੰਗ ਕਰਦਾ ਹੋਵੇ ਅਤੇ ਅਗਲਾ ਮੁੱਕਰ ਜਾਂਦਾ ਵੀ ਮੇਰੀ ਕਾਰ ਨਹੀਂ ਹੈਗੀ ਹੈ, ਹੈ ਨਾ, ਵੀ ਚੱਲ ਮੈਂ ਕੀ ਲੈਣਾ ਯਾਰ, ਲੋਕ ਆਪਣੇ ਆਪ ਥੋੜ੍ਹੀ ਦੇਰ ਬੋਲਣਗੇ, ਚੁੱਪ ਕਰ ਜਾਣਗੇ, ਦੈਨ ਜਿਹੜਾ ਠੇਕੇਦਾਰ ਹੋਏਗਾ ਜੀ ਉਹ ਆਪਦੇ ਕਾਫੀ ਇੰਪਲੋਈਜ ਲਗਾਏਗਾ ਇਹਦੇ ਵਿੱਚ, ਟ੍ਰੈਫਿਕ ਮਾਰਸ਼ਲਸ, ਉਹਨਾਂ ਨੂੰ ਔਰਗੇਨਾਈਜ਼ ਤਰੀਕੇ ਨਾਲ ਖੜੀ ਕਰਨ, ਜਿਹੜਾ ਉਹਦਾ ਪੈਸਾ ਮਤਲਬ ਜਿਹੜਾ ਪਾਰਕਿੰਗ ਲੈ ਰਿਹਾ, ਚਾਰਜਿਸ ਲੈ ਰਿਹਾ, ਇਸੇ ਗੱਲ ਦੇ ਲੈ ਰਿਹਾ ਕਿ ਗਾੜੀ ਨੂੰ ਸਲੀਕੇ ਨਾਲ ਲਗਾਵੇ ਤਾਂ ਕਿ ਚੱਲਣ ਵਾਸਤੇ ਸਪੇਸ ਅਵੇਲੇਬਲ ਰਹੇ। ਜਿੱਥੇ 1 ਗੱਡੀ ਲੱਗਣੀ ਹੈ ਮਤਲਬ ਇਹਨੇ ਚਾਰਾਂ ਦੀ ਸਪੇਸ ਉਹ ਲੈ ਲਵੇ। ਇਸੇ ਕਰਕੇ ਇਹਨੂੰ ਆਪਾਂ ਇਹ ਟੈਂਡਰ ਆਊਟ ਕਰ ਰਹੇ ਹਾਂ ਕਿ ਪਾਰਕਿੰਗ ਸਪੇਸ ਦਾ ਮੈਕਸੀਮਮ ਯੂਜ਼ ਹੋਵੇ। ਹੁਣ ਜਿਵੇਂ ਖੜੀ ਹੋ ਰਹੀ ਹੈ, ਚਾਰ ਗੱਡੀਆਂ ਥਾਂ 'ਤੇ 1 ਗੱਡੀ ਖੜੀ ਹੋ ਰਹੀ ਹੈ, ਅਤੇ ਇਸ ਕਰਕੇ ਘੱਟ ਗੱਡੀਆਂ ਯੂਜ਼ ਹੋ ਰਹੀਆਂ, ਅਤੇ ਨਾਲੇ ਪਾਰਕਿੰਗ ਸਪੇਸ ਵਹੀਕੂਲਰ ਟ੍ਰੈਫਿਕ ਦੀ ਸਪੇਸ ਘੱਟ ਗਈ ਹੈ। ਇਹ ਉਹਦੀ ਜ਼ਿੰਮੇਵਾਰੀ ਹੋਏਗੀ ਜਿਹੜਾ ਟ੍ਰੈਫਿਕ ਠੇਕੇਦਾਰ ਹੋਏਗਾ, ਉਹ ਗੱਡੀਆਂ ਨੂੰ ਸਲੀਕੇ ਨਾਲ ਲਗਵਾਵੇ, ਨਾਲ ਨਾਲ ਕਰਕੇ ਲਗਵਾਵੇ ਤਾਂ ਕਿ ਵਹੀਕੂਲਰ ਟ੍ਰੈਫਿਕ ਦੀ ਸਪੇਸ ਜ਼ਿਆਦਾ ਅਵੇਲੇਬਲ ਰਹੇ। ਅੱਛਾ, ਇਹ ਜਿਹੜੇ ਤੁਸੀਂ ਇੰਪਲੋਈਜ਼ ਦੀ ਗੱਲ ਕੀਤੀ ਵੀ ਇਹ ਲੋਕ ਪਾਸ ਬਣਾਵਾਂਗੇ ਆਪਾਂ ਇਹਨਾਂ ਦੇ, ਹੈ ਨਾ, ਹੁਣ ਉਹ ਪਾਸ ਜਿਹੜੇ ਨੇ ਉਹ ਕਿੰਨੇ ਕੁ ਪਾਸ ਬਣਨਗੇ? ਬਾਜ਼ਾਰ ਵਾਈਜ਼ ਬਣਨਗੇ, ਏਰੀਆ ਵਾਈਜ਼ ਬਣਨਗੇ, ਸ਼ਾਪ ਵਾਈਜ਼ ਬਣਨਗੇ? 1000 ਦੋਨੇ ਪਾਰਕਿੰਗ ਬਣਾ ਕੇ 1050 ਬਾਈਕਸ ਦੇ ਬਣਨਗੇ ਜੀ ਪਾਸਿਸ, 250 ਰੁਪਏ। ਕਿਹੜੀ ਕਿਹੜੀ ਮਾਰਕੀਟ? 2 ਟੈਂਡਰ ਨੇ ਸਾਡੇ, ਇੱਕ ਤਾਂ ਮਾਲ ਰੋਡ ਦਾ ਹੋ ਗਿਆ ਹਨੂੰਮਾਨ ਚੌਂਕ ਤੋਂ ਰੇਲਵੇ ਸਟੇਸ਼ਨ, ਦੂਜਾ ਜਿਹੜਾ ਹੈਗਾ ਧੋਬੀ ਬਾਜ਼ਾਰ, ਕਿੱਕਰ ਬਾਜ਼ਾਰ, ਬੈਂਕ ਬਾਜ਼ਾਰ, ਹੋਸਪਿਟਲ ਬਾਜ਼ਾਰ, ਐਂਡ ਦੈਨ ਪੋਸਟ ਆਫਿਸ ਬਾਜ਼ਾਰ, ਅਤੇ ਥੋੜ੍ਹਾ ਜਿਹਾ ਪੋਰਸ਼ਨ ਅਪ ਟੂ ਬੈਂਕ ਬਾਜ਼ਾਰ ਜਿਹੜਾ ਹੈਗਾ ਸਦਭਾਵਨਾ ਚੌਂਕ ਤੋਂ ਇਹਦਾ ਸਿਰਕੀ ਬਾਜ਼ਾਰ, ਇਹ ਪੋਰਸ਼ਨ ਹੈਗਾ। ਅਤੇ ਦੋਨਾਂ ਮਿਲਾ ਕੇ 1050 ਬਾਈਕਸ ਨੇ, ਅਤੇ ਮੇਰਾ ਖਿਆਲ 550 ਜਾਂ 600 ਕਾਰਾਂ ਦੇ। ਓਕੇ, ਮਤਲਬ ਇਹ ਲਿਮਿਟਿਡ ਹੈ ਵੀ 1050 ਬਾਈਕਸ ਹੀ ਉੱਥੇ ਜਿਹੜੇ ਉਹਨਾਂ ਦੇ ਪਾਸ ਬਣਨਗੇ। ਸਪੋਜ਼ ਕਰਦੇ ਆਪਾਂ ਵੈਸੇ ਵੀ ਉਸ ਤੋਂ ਵੱਧ ਕੋਈ ਇੰਪਲੋਈ ਹੈਗੇ ਨੇ, ਦੈਨ? ਨਹੀਂ ਨਹੀਂ, ਦੇਖੋ ਜੀ ਮੰਨ ਲੈਂਦੇ ਵੀ 1000 ਤੋਂ ਵੱਧ ਜਿਹੜੇ ਇੰਪਲੋਈ ਹੋ ਗਏ, ਅਗਲੇ ਉਹ ਕਿਵੇਂ ਬਣਨਗੇ? ਵੀ ਬਾਕੀ ਜਿਹੜੇ ਰਹਿ ਗਏ ਉਹਨਾਂ ਦਾ ਕੀ ਹੋਏਗਾ? ਜਦੋਂ ਤੱਕ ਫ੍ਰੀ ਹੈ ਨਾ ਜੀ, ਹਰੇਕ ਬੰਦਾ
ਬਾਈ ਚਾਰ ਮੁਲਾਜ਼ਮ ਕੰਮ ਕਰਦੇ ਆ ਮੇਰੇ ਮੇਰੇ ਸਹੀ ਕਿਸੇ ਦੁਕਾਨ 'ਤੇ ਅੱਠ ਮੁਲਾਜ਼ਮ ਕੰਮ ਕਰਦੇ ਆ ਹੁਣ ਸਾਰੇ ਜਣੇ ਆਪਦੀ ਆਪਦੀ ਬਾਈਕ ਲੈ ਕੇ ਆ ਰਹੇ ਆ ਉਹਦੇ 'ਚ ਵੈਨ ਜਦੋਂ ਆਪਾਂ ਚਾਰਜੇਬਲ ਕਰ ਦਿੰਦੇ ਹਾਂ ਪਾਰਕਿੰਗ ਦੇ ਮੇ ਯੂ ਸ਼ੇਅਰ ਨੋਟ ਪੋਸੀਬਲ ਇਹ ਗੱਲਾਂ ਸਿਰਫ ਆਪਾਂ ਕਾਗਜ਼ਾਂ 'ਚ ਕਰ ਸਕਦੇ ਹਾਂ ਗੁਪਤਾ ਸਾਹਿਬ ਪਰ ਜੇ ਅਸੀਂ ਕਿ ਵੀ ਮੇ ਬੀ ਉਹ ਸ਼ੇਅਰ ਸਪੋਜ਼ ਹੋ ਸਕਦਾ ਅਗਲਾ ਕੋਈ ਆਉਂਦਾ ਪਰਸਾ ਨਗਰ 'ਚੋਂ ਕੋਈ ਆਉਂਦਾ ਮਾਡਲ ਟਾਊਨ 'ਚੋਂ ਕੋਈ ਆਉਂਦਾ ਸਿਮੀਆਂ ਤੋਂ ਹਾਓ ਦੁਕਾਨ 'ਤੇ ਕੰਮ ਕਰਨ ਵਾਲੇ ਆਉਣਗੇ ਹਾਲ ਮੈਂ ਸਰ ਉਹੀ ਕਹਿ ਰਿਹਾ ਬਟ ਫਿਰ ਉਹਨਾਂ ਦੀ ਟਾਈਮਿੰਗ ਵੀ ਤਾਂ ਅਲੱਗ ਅਲੱਗ ਹੋਈ ਪਰਸਾ ਨਗਰ ਤੋਂ ਜਿਹੜੇ ਕੰਮ ਕਰਨ ਵਾਲੇ ਇੱਥੇ ਆ ਰਹੇ ਹੈ ਸੇ 10 ਬੰਦੇ ਆ ਰਹੇ ਆ ਬਟ ਦੈਨ ਉਹ ਜਦੋਂ ਫ੍ਰੀ ਹੈ ਤਾਂ 10 ਦਿਨ ਆਪਦੀ ਬਾਈਕ ਲੈ ਕੇ ਆ ਰਹੇ ਹੈ ਅਦਰਵਾਈਜ਼ ਮੇਰਾ ਗੁਆਂਢੀ ਆ ਇੱਕ ਗਲੀ ਛੱਡ ਕੇ ਵੀ ਹੈਗਾ ਆਪਾਂ ਦੋਨਾਂ ਨੇ ਧੋਬੀ ਬਜ਼ਾਰ ਰਹਿਣਾ ਵੀ ਕੈਨ ਯੂਜ਼ ਵਨ ਬਾਈਕ ਨਹੀਂ ਪਰ ਚਲੋ ਇਹ ਠੀਕ ਹੈ ਤੁਹਾਡੀ ਗੱਲ ਤੁਸੀਂ ਜੋ ਆਪਣਾ ਪੱਖ ਰੱਖਿਆ ਉਹ ਚਲੋ 1000 ਜਿਹੜੇ ਨੇ 1050 ਜਿਹੜੇ ਬਾਈਕਸ ਨੇ ਉਹਨਾਂ ਦਾ ਆਪਾਂ ਇਹ ਕਹਿ ਲਈ ਵੀ ਪਾਸ ਬਣਿਆ ਅੱਛਾ ਉਸ ਤੋਂ ਬਾਅਦ ਇਹ ਜਿਹੜੀਆਂ ਹੁਣ ਇਹ ਕਾਰਾਂ ਸਪੋਜ਼ ਆਪਾਂ ਕਹਿ ਰਹੇ ਹਾਂ ਬਾਜ਼ਾਰਾਂ ਦੇ ਵਿੱਚ ਲੱਗਣੀਆਂ ਉਹ ਹੁਣ ਬਾਜ਼ਾਰ ਦੇ ਸੈਂਟਰ 'ਚ ਲੱਗੇਗੀ ਜਾਂ ਜਿਹੜੀਆਂ ਯੈਲੋ ਲਾਈਨ ਬੋਥ ਸਾਈਡ ਲੱਗੀਆਂ ਉਹਨਾਂ ਦਾ ਦੇਖੋ ਜਿੰਨੀ ਬਾਈਕ ਦੀ ਸਪੇਸ ਹੈ ਨਾ ਜੀ ਬਾਈਕ ਲੱਗਣੀ ਹੈ ਆਡੀ ਜੀ ਠੀਕ ਸਰ ਕਾਰ ਲੱਗਣੀ ਹੈ ਲੌਂਗ ਲੈਂਥ ਜੀ ਕਾਰ ਦੀ ਸਪੇਸ ਚੌੜਾਈ ਬਾਈਕ ਦੀ ਲੰਬਾਈ ਨਾਲੋਂ ਘੱਟ ਹੈਗੀ ਆ ਉਹ ਬਸ ਉਹ ਲੌਂਗ ਲੈਂਥ ਲੱਗਣਗੀਆਂ ਜਿਹੜੀ ਕਾਰਾਂ ਨੇ ਜਿਹੜੀ ਬਾਈਕਸ ਨੇ ਉਹ ਅਕਰੋਸ ਲੱਗਣਗੀਆਂ ਮੈਂ ਉਹੀ ਪੁੱਛ ਰਿਹਾ ਜੋ ਹੁਣ ਸਪੋਜ਼ ਕਰਦੇ ਆਪਾਂ ਧੋਬੀ ਬਜ਼ਾਰ ਦੀ ਲੈ ਲੈਂਦੇ ਹਾਂ ਗੱਲ ਕਿਉਂਕਿ ਧੋਬੀ ਬਜ਼ਾਰ ਇੱਕ ਬਹੁਤ ਸਭ ਤੋਂ ਜ਼ੁਬਾਨ 'ਤੇ ਚੜਿਆ ਹੋਇਆ ਹੈ ਨਾ ਹੁਣ ਇਹਦੇ ਬੋਥ ਸਾਈਡ ਜਿਹੜੀਆਂ ਯੈਲੋ ਲਾਈਨ ਹੈ ਹੁਣ ਬੋਥ ਸਾਈਡ ਹੀ ਗੱਡੀਆਂ ਖੜੀਆਂ ਹੋਣਗੀਆਂ ਔਰ ਵਨ ਸਾਈਡ ਬੋਥ ਸਾਈਡ ਸਰ ਇਹ ਤਾਂ ਫਿਰ ਇਹ ਹੋ ਗਿਆ ਵੀ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਆ ਗਏ ਇਹ ਡਿਮਾਂਡ ਉਹ ਤਾਂ ਨੋ ਵਹੀਕਲ ਜੋਨ ਬਣਾਇਆ ਸੀ ਇਹਨੂੰ ਪ੍ਰਪੋਜ਼ਲ ਓਰੀਜਨਲ ਦੇ ਵਿੱਚ ਮਾਰਕੀਟ ਐਸੋਸੀਏਸ਼ਨਸ ਮਿਲੀਆਂ ਸੀ ਸਾਨੂੰ ਧੋਬੀ ਬਜ਼ਾਰ ਦੀ ਐਸੋਸੀਏਸ਼ਨ ਮਿਲੀ ਸੀ ਉਹ ਕਹਿੰਦੀ ਨੋ ਵਹੀਕਲ ਜੋਨ ਨਾਮ ਲਓ ਉਹਨਾਂ ਦੀ ਰਿਕੁਐਸਟ ਦੇ ਉੱਤੇ ਇਹਨੂੰ ਕੰਸਿਡਰ ਕੀਤਾ ਗਿਆ ਓਕੇ ਮਤਲਬ ਇਹ ਹੈ ਵੀ ਇਹ ਹੁਣ ਧੋਬੀ ਬਜ਼ਾਰ ਦੀ ਐਸੋਸੀਏਸ਼ਨ ਇਹਨਾਂ ਨੂੰ ਆ ਕੇ ਮਿਲੀ ਉਹਨਾਂ ਨੇ ਕਿਹਾ ਵੀ ਨੋ ਜੋਨ ਨਾ ਬਣਾਇਆ ਜਾਵੇ ਇਸ ਕਰਕੇ ਵੀ ਉਹਨੂੰ ਕੰਪਲਸੇਟ ਕੀਤਾ ਗਿਆ ਇਹ ਕਿਹਾ ਗਿਆ ਵੀ ਠੀਕ ਹੈ ਜੀ ਓਕੇ ਅਸੀਂ ਇਸ ਤਰੀਕੇ ਨਾਲ ਇਹਨੂੰ ਮੈਨੇਜ ਕਰ ਸੋਰੀ ਅਤੇ ਸਰ ਬਾਕੀ ਹੁਣ 1050 ਤੋਂ ਬਾਅਦ ਦੇ ਤੁਸੀਂ ਕਹਿ ਦਿੱਤਾ ਵੀ ਉਹ ਸ਼ੇਅਰ ਕਰ ਲੈ ਨਹੀਂ ਉਹ ਘੰਟੇ ਵਾਲੀ ਪਾਰਕਿੰਗ ਤਾਂ ਅਵੇਲੇਬਲ ਹੈ ਹੀ ਹਮੇਸ਼ਾ ਵਾਸਤੇ ਹਾਂਜੀ ਵੈਸੇ ਇਹ ਇਹ ਜਿਹੜਾ ਜਿਹੜੀ ਇਹ ਪਾਰਕਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਆਲ ਓਵਰ ਪੰਜਾਬ ਦੇ ਵਿੱਚ ਆਪਾਂ ਬਠਿੰਡੇ 'ਚ ਹੀ ਕਰ ਰਹੇ ਹਾਂ ਜਾਂ ਸਾਰੇ ਸ਼ਹਿਰਾਂ 'ਚ ਹੋ ਰਹੀ ਕਿਸੇ ਨਾ ਕਿਸੇ ਦੀ ਲੀਡ ਲੈਣੀ ਹੁੰਦੀ ਹੈ ਚੰਡੀਗੜ੍ਹ 'ਚ ਪੇਡ ਹੈਗੀ ਆ ਈਵਨ ਫੋਰ ਸ਼ੋਪਕੀਪਰਸ ਜੀ ਆਪਾਂ ਇਹ ਇਹ ਸ਼ੁਰੂਆਤ ਬਠਿੰਡਾ ਕਰ ਰਹੇ ਹਾਂ ਸ਼ੁਰੂਆਤ ਤਾਂ ਚੰਡੀਗੜ੍ਹ ਰਾਜਧਾਨੀ ਹੈ ਜੀ ਉਹ ਰਾਜਧਾਨੀ ਹੈ ਜੀ ਪੇਡ ਪਾਰਕਿੰਗ ਹੈ ਐਕਚੁਅਲੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਹਰੇਕ ਜਿਹੜਾ ਚੇਂਜ ਹੈ ਸੋਸਾਇਟੀ ਇੱਕ ਵਾਰੀ ਅਪੋਜ਼ ਕਰਦੀ ਹੈ ਪੀਪਲ ਵਿਲ ਬੀ ਐਟ ਈਜ਼ ਉਹਨਾਂ ਨੂੰ ਰਹਿਣ ਆਪਣਾ ਸੁਖਾਲਾ ਹੋਏਗਾ ਜ਼ਿੰਦਗੀ ਇਹਦੇ ਨਾਲ ਇਹ ਤੁਹਾਡੀ ਗੱਲ ਬਿਲਕੁਲ ਅੱਛੀ ਹੈ ਇਹ ਤੁਸੀਂ ਕੁਛ ਏਰੀਆਜ਼ ਦੀ ਮੈਨੂੰ ਪਾਰਕਿੰਗ ਦੀ ਗੱਲ ਕੀਤੀ ਸਪੋਜ਼ ਕਰੋ ਕੋਟ ਰੋਡ ਹੈ ਸਪੋਜ਼ ਕਰੀਏ ਆਪਾਂ ਬੱਸ ਸਟੈਂਡ ਟੂ ਮਹਿਣਾ ਚੌਂਕ ਹੈ ਬਹੁਤ ਕੰਜਸਟਡ ਏਰੀਆ ਹੈ ਨਾ ਉਹ ਹੋ ਗਿਆ ਮਹਿਣਾ ਚੌਂਕ ਟੂ ਪੁਰਾਣਾ ਬੱਸ ਸਟੈਂਡ ਹੈ ਉੱਥੇ ਪਾਰਕਿੰਗ ਆ ਗਈ ਹੈ ਨਾ ਇਹ ਇਹ ਜਿਹੜਾ ਏਰੀਆ ਹੈ ਇੱਥੋਂ ਦੀ ਪਾਰਕਿੰਗ ਲਾਈਕ ਪਰਸਾਮ ਨਗਰ ਹੈ ਪਰਸਾਮ ਨਗਰ ਦੇ ਵਿੱਚ ਵੀ ਪਾਰਕਿੰਗ ਪ੍ਰਤਾਪ ਨਗਰ ਹੈ ਉੱਥੋਂ ਦੀ ਪਾਰਕਿੰਗ ਉੱਥੇ ਵੀ ਕੁਛ ਇਸ ਤਰੀਕੇ ਦਾ ਪੇਡ ਹੋਏਗਾ ਜਾਂ ਨਹੀਂ ਜਿੱਥੇ ਮਰਜ਼ੀ ਲਾਓ ਅਜੇ ਉਹ ਪਲਾਨ 'ਚ ਨਹੀਂ ਹੈ ਬਟ ਨੋ ਡਾਊਟ ਅਮਰੀਕ ਸਿੰਘ ਰੋਡ ਵਗੈਰਾ ਨੈਕਸਟ ਫੇਜ਼ ਦੇ ਵਿੱਚ ਅਸੀਂ ਕੰਸੀਡਰ ਕਰਾਂਗੇ ਐਕਚੁਲੀ ਇਹ ਅਸੀਂ ਕਿਉਂ ਕਰ ਪਾ ਰਹੇ ਹਾਂ ਇੱਕ ਮਲਟੀ ਲੈਵਲ ਕਾਰ ਪਾਰਕਿੰਗ ਨਾਲ ਦੀ ਜਿੱਥੇ ਸਾਡੇ 500 ਕਾਰਾਂ ਦੀ ਲਗਭਗ ਸਪੇਸ ਬਣ ਗਈ ਹੋਈ ਹੈ ਇਸ ਕਰਕੇ ਅਸੀਂ ਪਲਾਨ ਮਤਲਬ ਕਰ ਪਾ ਰਹੇ ਹਾਂ ਈਵਨ ਅਮਰੀਕ ਸਿੰਘ ਰੋਡ 'ਤੇ ਵੀ ਕਾਫੀ ਸਪੇਸਿਸ ਅਵੇਲੇਬਲ ਨੇ ਅਗਨੀ ਡਾਬਾ ਵਗੈਰਾ ਕੋਲ ਹੋਰ ਵੀ ਕਾਰਡ ਵਾਲੀ ਮਾਰਕੀਟ ਵਗੈਰਾ ਪਾਰਕਿੰਗ ਸਪੇਸਿਸ ਅਵੇਲੇਬਲ ਨੇ ਇਸ ਕਰਕੇ ਉੱਥੇ ਵੀ ਇੰਪਲੀਮੈਂਟੇਬਲ ਇਹ ਡੂਏਬਲ ਹੈ ਕਰੀ ਜਾ ਸਕਦੀ ਹੈ ਬਾਕੀ ਇਹ ਕੋਟ ਰੋਡ ਵਗੈਰਾ ਕੋਲ ਇਟਸ ਇਹ ਓਲਡ ਬਾਜ਼ਾਰ ਹੈ ਅਤੇ ਇਹਦੇ ਵਿੱਚ ਕੋਈ ਪਲੈਂਡ ਪਾਰਕਿੰਗ ਛੱਡੀ ਨਹੀਂ ਹੋਈ ਜਾਂ ਹੁਣ ਕਾਰਪੋਰੇਸ਼ਨ ਜ਼ਮੀਨ ਖਰੀਦ ਕੇ ਪਾਰਕਿੰਗ ਡਿਵੈਲਪ ਕਰਦੇ ਇਹਦਾ ਸਕੋਪ ਕਾਫੀ ਘੱਟ ਹੈ ਹਾਂ ਇਹ ਹੈ ਕਿ ਉਹ ਉੱਥੇ ਵੀ ਰੈਗੂਲੇਸ਼ਨਸ ਕੀਤੀ ਜਾ ਸਕਦੀਆਂ ਜਿਵੇਂ ਫੋਰ ਵੀਲਰਸ ਦੀ ਐਂਟਰੀ ਬੰਦ ਕਰਤੀ ਡਿਊਰਿੰਗ ਡੇ ਟਾਈਮ ਕੁਛ ਨਾ ਕੁਛ ਜੇ ਸਮੱਸਿਆ ਤਾਂ ਉਹਦਾ ਇਲਾਜ ਵੀ ਹੈ ਜੀ ਬਿਲਕੁਲ ਦੇਖੋ ਇਹ ਤਾਂ ਇਸ 'ਚ ਤਾਂ ਕੋਈ ਸ਼ੱਕ ਨਹੀਂ ਵੀ ਜੇ ਕੋਈ ਸਮੱਸਿਆ ਹੈ ਤਾਂ ਉਹਦਾ ਇਲਾਜ ਬਣਿਆ ਹੀ ਹੁੰਦਾ ਇਹ ਠੀਕ ਹੈ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦਾ ਉਹ ਗੱਲ ਵੱਖਰੀ ਹੁੰਦੀ ਜਾਂ ਉਹਨੂੰ ਐਂ ਕਹਿ ਲਓ ਵੀ ਦਵਾਈ ਖਾਣ 'ਤੇ ਥੋੜ੍ਹਾ ਟਾਈਮ ਲੱਗ ਜਾਂਦਾ ਅਤੇ ਇਸ ਕਰਕੇ ਇਹ ਠੀਕ ਹੈ ਬਠਿੰਡੇ ਦੇ ਵਿੱਚ ਇਹ ਜਿਹੜੀ ਪਾਰਕਿੰਗ ਦੀ ਸਮੱਸਿਆ ਬਹੁਤ ਬੁਰਾ ਹਾਲ ਹੈ ਇੱਕ ਜਿਵੇਂ ਹੁਣ ਸਰ ਗੋਲਡਿੱਗੀ ਦੇ ਉੱਤੇ ਬੜੀਆਂ ਉਹ ਗੋਲਡਿੱਗੀ ਸਾਈਡ ਹੈ ਜਿਹੜੀਆਂ ਜਿੱਥੇ ਆਪਾਂ ਦੇਖਦੇ ਹਾਂ ਹਮੇਸ਼ਾ ਜਿਹੜੀ ਉਹ ਕਿਹੜੀ ਆਈ ਲਵ ਬਠਿੰਡਾ ਦੇ ਸਾਹਮਣੇ ਜਿਹੜੀ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਹੁੰਦੀਆਂ ਉੱਥੇ ਕੀ ਕਰੋਗੇ ਮਲਟੀ ਲੈਵਲ ਕਾਰ ਪਾਰਕਿੰਗ 'ਚ ਆਲੇ ਦੁਆਲੇ ਜ਼ਿਆਦਾ ਕੋਈ ਵੀ ਪਾਰਕਿੰਗ ਨਹੀਂ ਹੈ
ਸਕੂਲ ਦੀ ਸਾਈਡ 'ਤੇ ਕੋਈ ਪਾਰਕਿੰਗ ਨਹੀਂ ਹੈ ਅਤੇ ਉਹ ਅਸੀਂ ਲਾਈਨਾਂ ਲਗਾ ਦਿੰਦੇ ਸਰ ਪਲੈਨ ਚੰਗੀਆਂ ਨੇ ਮੁਤਾਬਕ ਉਸਦੇ ਉਹ ਅੱਗੜ ਪਿੱਛੜ ਤਿੰਨ ਤਿੰਨ ਚਾਰ ਚਾਰ ਕਾਰਾਂ ਲੱਗੀਆਂ ਹੁੰਦੀਆਂ ਉਸੇ ਦਾ ਸੋਲਿਊਸ਼ਨ ਹੈ ਜੀ ਇਹ ਜਿਹੜਾ ਟੈਂਡਰਿੰਗ ਕਰ ਰਹੇ ਹਾਂ ਉਸੇ ਦਾ ਜਵਾਬ ਮਤਲਬ ਜਿਹੜਾ ਸੋਲਿਊਸ਼ਨ ਜਿਹੜਾ ਇਲਾਜ ਜਿਹੜਾ ਜੀ ਬਿਲਕੁਲ ਜੀ ਥੈਂਕ ਯੂ ਸਰ ਆਪਾਂ ਗੁਪਤਾ ਸਾਹਿਬ ਨਾਲ ਗੱਲਬਾਤ ਕੀਤੀ ਇਹਨਾਂ ਨੇ ਸਾਨੂੰ ਦੱਸਿਆ ਪਾਰਕਿੰਗ ਬਾਰੇ ਬਠਿੰਡੇ ਦੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਜਿਹੜੀ ਪਾਰਕਿੰਗ ਹੈ ਪੇਡ ਹੋਏਗੀ ਆਹ ਕੁਛ ਏਰੀਆਜ਼ ਤੁਹਾਨੂੰ ਗੁਪਤਾ ਜੀ ਨੇ ਦੱਸਿਆ ਵੀ ਇਹਨਾਂ ਏਰੀਆਜ਼ ਦੇ ਵਿੱਚ ਜਿਹੜੀ ਪਾਰਕਿੰਗ ਸਕੂਟਰ ਵੀ ਲਾਉਣਾ ਮੋਟਰਸਾਈਕਲ ਵੀ ਲਾਉਣਾ ਸਾਈਕਲ ਜਿਹੜਾ ਉਹ ਫਰੀ ਹੈ ਅਤੇ ਹੁਣ ਅੱਛਾ ਇੱਕ ਸਰ ਮਾਫੀ ਚਾਹਾਂਗਾ ਸੋਰੀ ਸੋਰੀ ਇੰਟਰਪਟ ਕਰ ਰਿਹਾ ਸਰ ਜਿਹੜੇ ਆਟੋਜ਼ ਨੇ ਆਟੋਜ਼ ਬਾਰੇ ਕੀ 77 ਮੇਰਾ ਖਿਆਲ ਆਟੋਜ਼ ਦੀ ਅਸੀਂ ਸਪੇਸ ਰੱਖੀ ਉਹ ਫਰੀ ਹੋਣਗੇ ਉਹ ਅਸੀਂ ਸਪੇਸ ਪ੍ਰੋਵਾਈਡ ਕੀਤੀ ਹੈ ਇੱਕ ਤਾਂ ਸਟੇਸ਼ਨ ਦਾ ਨਿਕਲਦੇ ਹੀ ਜਿੱਥੇ ਪਹਿਲੀ ਮਾਰਕੀਟ ਜਿਹੜੀ ਹੈਗੀ ਹੈ ਅਤੇ ਸੈਮਸੰਗ ਦਾ ਸ਼ੋਰੂਮ ਹੈ ਰੋਡ ਸਾਈਡ 'ਤੇ ਬਿਲਕੁਲ ਕੀਤੀ ਹੈ ਅੰਦਰ ਨਹੀਂ ਬਾਹਰ ਹੀ ਕੀਤੀ ਹੈ ਮਤਲਬ ਸਟੇਸ਼ਨ ਤੋਂ ਬਾਹਰ ਤੋਂ ਆਉਣ ਵਾਲੇ ਬੰਦੇ ਨੂੰ ਆਟੋ ਈਜ਼ੀਲੀ ਅਵੇਲੇਬਲ ਹੋਣ ਇੱਕ ਜਿਹੜਾ ਏ ਵਾਲੀ ਲਾਈਨ ਹੈ ਦੀਪਕ ਢਾਬੇ ਵਾਲੀ ਜਿਹੜੀ ਜਿੱਥੇ ਖਤਮ ਹੁੰਦੀ ਹੈ ਉੱਥੇ ਆਟੋ ਦੀ ਸਪੇਸ ਹੈ 77 ਸਪੇਸਿਸ ਫੋਰ ਆਟੋਜ਼ ਹੈਵ ਬੀਨ ਕੈਪਟ ਰਿਜ਼ਰਵਡ ਜੀ ਜਿਹੜੀ ਬੱਸ ਸਟੈਂਡ ਦੇ ਬਾਹਰ ਬੜੇ ਆਟੋਜ਼ ਹੁੰਦੇ ਨੇ ਉੱਥੇ ਬਹੁਤ ਕਰਾਊਡਡ ਏਰੀਆ ਓਬਵੀਅਸ ਆਰ ਬੱਸ ਸਟੈਂਡ ਦੇ ਬਾਹਰ ਹੁੰਦਾ ਉੱਥੋਂ ਦਾ ਨਹੀਂ ਸੋ ਫਾਰ ਉੱਥੋਂ ਦਾ ਕੋਈ ਪਲੈਨ ਨਹੀਂ ਹੈ ਇਸ ਐਟਲੀਸਟ ਇਹਨਾਂ ਦੋਨਾਂ ਟੈਂਡਰਾਂ ਦੇ ਵਿੱਚ ਮਾਲ ਰੋਡ ਅਤੇ ਤਿੰਨ ਚਾਰ ਬਾਜ਼ਾਰ ਜਿਹੜੇ ਮੈਂ ਦੱਸੇ ਇਹੀ ਇਨਕਲੂਡਿਡ ਫਿਲਹਾਲ ਜੇ ਆਪਾਂ ਇਹ ਲਾਈਏ ਵੀ ਕਿਹਨੂੰ ਆਪਾਂ ਕਹਿ ਸਕਦੇ ਆਪਾਂ ਸਿਵਲ ਹੋਸਪਿਟਲ ਤੋਂ ਲੈ ਕੇ ਸਪੋਜ਼ ਬੀਬੀ ਵਾਲਾ ਚੌਂਕ ਤੱਕ ਜਿਹੜਾ ਏਰੀਆ ਇੱਥੇ ਬੰਦਾ ਜਿੱਥੇ ਮਰਜ਼ੀ ਗੱਡੀ ਲਾਵੇ ਇੱਥੇ ਕੋਈ ਪੈਸੇ ਨਹੀਂ 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 ਇਹਦੇ ਵਿੱਚ ਪੀਲੀ ਲਾਈਨ ਲੱਗੀ ਹੋਈ ਆਲਰੇਡੀ ਉੱਥੇ ਪੈਸੇ ਲਵਾਂਗੇ ਆਪਾਂ ਕਿ ਨਹੀਂ ਲਵਾਂਗੇ ਨੋਟ ਸੋ ਫਾਰ ਅਜੇ ਜਿਹੜਾ ਹਾਊਸ ਨੇ ਅਪਰੂਵ ਕੀਤਾ ਇਹਨਾਂ ਦੋ ਇਹਨਾਂ ਬਾਜ਼ਾਰਾਂ ਦਾ ਹੀ ਕੀਤਾ ਜੀ ਬੜੇ ਏਰੀਆਜ਼ ਨੇ ਬਠਿੰਡਾ ਦੇ ਵਿੱਚ ਜਿੱਥੇ ਪਾਰਕਿੰਗ ਹੈ ਜਿਹੜੀ ਉੱਥੇ ਤੁਹਾਨੂੰ ਨਹੀਂ ਪੇ ਕਰਨਾ ਪਏਗਾ ਕੁਛ ਵੀ ਤੁਸੀਂ ਬੜਾ ਈਜ਼ੀਲੀ ਬੜਾ ਖੁੱਲ੍ਹਾ ਕਿਤੇ ਵੀ ਗੱਡੀ ਲਾਓ ਸਮਝ ਗਏ ਤੁਸੀਂ ਕਿਉਂਕਿ ਯੈਲੋ ਲਾਈਨ ਲੱਗੀਆਂ ਹੋਈਆਂ ਸਕੂਟਰ ਮੋਟਰਸਾਈਕਲ ਕੁਛ ਵੀ ਹੈ ਤੁਸੀਂ ਉੱਥੇ ਲਗਾ ਸਕਦੇ ਹੋ ਉੱਥੇ ਤੁਹਾਨੂੰ ਪਾਰਕਿੰਗ ਦੇ ਪੈਸੇ ਨਹੀਂ ਦੇਣੇ ਪੈਣੇ ਪਰ ਇਹ ਜਿਹੜਾ ਬਠਿੰਡੇ ਦੇ ਵਿੱਚ ਇਹ ਕੁਛ ਬਾਜ਼ਾਰ ਨੇ ਉਹਨਾਂ ਦੇ ਵਿੱਚ ਭਾਵੇਂ ਤੁਸੀਂ ਸਕੂਟਰ ਲਗਾਓ ਭਾਵੇਂ ਕਾਰ ਲਗਾਓ ਉਹਨਾਂ ਦੇ ਤੁਹਾਨੂੰ ਪੈਸੇ ਪੇ ਕਰਨੇ ਪੈਣਗੇ ਔਰ ਜਿਵੇਂ ਗੱਲ ਕੀਤੀ ਵੀ ਆਟੋਜ਼ ਦੀ ਗੱਲ ਕੀਤੀ ਹੈ ਸਟੇਸ਼ਨ ਦੇ ਕੋਲ 77 ਆਈ ਥਿੰਕ ਸਰ ਨੇ ਗੱਲ ਕੀਤੀ ਵੀ ਉਹਨਾਂ ਲਈ ਇੱਕ ਸਪੇਸ ਦਿੱਤੀ ਹੈ ਬਾਕੀ ਆਟੋਜ਼ ਕੀ ਕਰਨਗੇ ਆਈ ਡੋਂਟ ਨੋ ਬੱਸ ਸਟੈਂਡ 'ਤੇ ਜਿਹੜਾ ਉਹ ਹਲੇ ਕੁਛ ਪਲਾਨ ਨਹੀਂ ਹੋਇਆ ਇਸ ਕਰਕੇ ਹਾਂ ਇਹ ਪਹਿਲ ਜ਼ਰੂਰ ਹੈ ਬਠਿੰਡੇ ਦੇ ਵਿੱਚ ਪਾਰਕਿੰਗ ਨੂੰ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਾਕੀ ਆਪਾਂ ਬਠਿੰਡੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਇੱਕ ਪਾਰਕਿੰਗ ਨਾਲ ਇਸ ਸਮੱਸਿਆ ਇਸ ਜੋ ਹੁਣ ਇਹ ਹੋਣ ਜਾ ਰਿਹਾ ਇਹਦੇ ਨਾਲ ਹੱਲ ਹੋਏਗਾ ਅਤੇ ਕਿੰਨਾ ਕੁ ਫਾਇਦਾ ਹੋਏਗਾ ਬਠਿੰਡੇ ਵਾਲਿਆਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ